ਹੁਣ ਇਹ ਗੱਲ ਬਿਲਕੁਲ ਹਜ਼ਮ ਨਹੀਂ ਹੋਵੇਗੀ ਸਾਥੀਓ ਕਿ ਅਸੀਂ ਸੋਸ਼ਲ ਮੀਡੀਆ ਉੱਤੇ ਕੋਈ ਅਜਿਹੀ ਗੱਲ ਕਰੀਏ ਜਿਸ ਦਾ ਇਸ ਸਾਲ 2020 ਦੇ ਵਿੱਚ ਉੱਠੀ ਲੋਕ ਲਹਿਰ ਨਾਲ ਕੋਈ ਸੰਬੰਧ ਨਾ ਹੋਵੇ। ਸੋ ਆਓ ਅੱਜ ਦੇ ਦਿਨ ਨੂੰ ਸਮਰਪਿਤ ਆਪਣੇ ਇਸ YouTube ਚੈਨਲ ਦੀ ਪੇਸ਼ਕਸ਼ ਤੋਂ ਪਹਿਲਾਂ ਆਪਾਂ ਗੱਲ ਕਰੀਏ ਇਤਿਹਾਸਿਕ ਹੋ ਨਿਬੜੇ ਲੋਕ ਸੰਘਰਸ਼ 2020 ਦੀ। ਸਰਕਾਰਾਂ ਦੇ ਸਾਰੇ ਕਾਲੇ ਕਾਨੂੰਨਾਂ ਦਾ ਸਭ ਤੋਂ ਵੱਧ ਮਾਰੂ ਪ੍ਰਭਾਵ ਨਿਹੱਥੇ ਮਿਹਨਤਕਸ਼ ਲੋਕਾਂ ਭਾਵ ਮਜ਼ਦੂਰਾਂ ਉੱਤੇ ਪੈਂਦਾ ਹੈ ਅਤੇ ਉਹ ਇਹਨਾਂ ਕਰਨ ਦੇ ਸਮਰੱਥ ਵੀ ਨਹੀਂ ਹੁੰਦੇ ਕਿ ਆਪਣੀ ਦਿਹਾੜੀ ਛੱਡ ਕੇ ਜਾਂ ਕਿਸੇ ਭੱਠੇ ਫੈਕਟਰੀ ਆਦਿ ਤੋਂ ਛੁੱਟੀ ਮਾਰ ਕੇ ਆਪਣੇ ਹੱਕਾਂ ਦੀ ਲੜਾਈ ਵਿੱਚ ਪਹਿਲਕਦਮੀ ਛੱਡੋ ਹਿੱਸਾ ਹੀ ਲੈ ਸਕਣ। ਦੂਜੇ ਸ਼ਬਦਾਂ ਵਿੱਚ ਉਹਨਾਂ ਦਾ ਦਰਦ ਇੰਨਾ ਹੁੰਦਾ ਹੈ ਕਿ ਉਹ ਰੋ ਵੀ ਨਾ ਸਕਣ। ਇਸ ਸੰਘਰਸ਼ ਵਿੱਚ ਮਜ਼ਦੂਰਾਂ ਦਾ ਕਿਸਾਨੀ ਨਾਲ ਦਮਦਾਰ ਮੋਢਾ ਜੇਕਰ ਨਹੀਂ ਜੁੜਿਆ ਦਿਸਦਾ ਤਾਂ ਇਸ ਦੇ ਕੁਝ ਕਾਰਨ ਹਨ, ਪਰ ਮਜ਼ਦੂਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਤਿੰਨੋਂ ਖੇਤੀ ਕਾਨੂੰਨ ਸਿੱਧੇ ਰੂਪ ਵਿੱਚ ਨਾ ਸਹੀ ਪਰ ਉਹਨਾਂ ਲਈ ਵੀ ਮਾਰੂ ਹਨ। ਮੌਜੂਦਾ ਸਮੇਂ ਦਾ ਸੰਘਰਸ਼ ਹਰ ਉਸ ਜ਼ਿੰਦਗੀ ਦਾ ਸੰਘਰਸ਼ ਬਣ ਚੁੱਕਾ ਹੈ ਜਿਸ ਨੂੰ ਜੀਵਿਤ ਰਹਿਣ ਲਈ ਰੋਟੀ ਚਾਹੀਦੀ ਹੈ, ਜੀਣ ਲਈ ਖੁਰਾਕ ਚਾਹੀਦੀ ਹੈ। ਕਿਸਾਨ ਸੰਘਰਸ਼ ਤੋਂ ਬਣੇ ਲੋਕ ਸੰਘਰਸ਼ ਦੀ ਬਹੁਤੀਆਂ ਵਿੱਚੋਂ ਇੱਕ ਮਾਣਯੋਗ ਪ੍ਰਾਪਤੀ ਇਹ ਹੈ ਕਿ ਇਸਨੇ ਵਿਕਾਊ ਮੀਡੀਆ ਦਾ ਬਾਈਕਾਟ ਕੀਤਾ ਹੈ ਜਿਸ ਦਾ ਨਾਮਕਰਨ ਗੋਦੀ ਮੀਡੀਆ ਪੱਤਰਕਾਰ ਰਵੀਸ਼ ਕੁਮਾਰ ਦੁਆਰਾ ਕੀਤਾ ਗਿਆ ਹੈ। ਲੋਕ ਜਾਤੀ ਧਾਰਮਿਕ ਅਤੇ ਖੇਤਰੀ ਆਦਿ ਹੱਦਾਂ ਬੰਨੇ ਟੱਪ ਕੇ ਇੱਕ ਹੋਏ ਹਨ। ਬੇਰੁਜ਼ਗਾਰੀ ਦੇ ਧੱਕੇ ਰੋਜ਼ੀ ਰੋਟੀ ਲਈ ਖੋਖਲੀ ਸ਼ਾਨ ਕਮਾਉਣ ਵਾਲੇ ਕਈ ਗਾਇਕ ਅਤੇ ਗੀਤਕਾਰ ਜੋ ਬੇਅਰਥ ਲਿਖਦੇ ਗਾਉਂਦੇ ਰਹੇ, ਹੁਣ ਉਹਨਾਂ 'ਚੋਂ ਕੁਝ ਗੁਆਚ ਗਏ, ਕੁਝ ਲੋਕ ਹਿਤੈਸੀ ਉਪਰਾਲਿਆਂ ਵਿੱਚ ਸਰਗਰਮ ਨਜ਼ਰ ਆ ਰਹੇ ਹਨ। ਕਲਾਕਾਰਾਂ ਵੱਲੋਂ ਹੱਕ ਹਕੀਕਤ ਲਈ ਲਿਖਿਆ ਗਾਇਆ ਅਤੇ ਚਿੱਤਰਿਆ ਜਾ ਰਿਹਾ ਹੈ। ਇਸ ਲੋਕ ਲਹਿਰ ਦਾ ਨਤੀਜਾ ਲੋਕਾਂ ਦੇ ਪੱਖ ਵਿੱਚ ਭੁਗਤੇ ਜਾਂ ਯੋਗਾਂ ਦੇ, ਪਰ ਇਸਨੇ ਨਵੀਂ ਪੀੜ੍ਹੀ ਦੀ ਸੋਚ ਅਮਲ ਨੂੰ ਲਾਜ਼ਮੀ ਪ੍ਰਭਾਵਿਤ ਕਰਨਾ ਹੈ, ਕਿਉਂਕਿ ਕਿਸੇ ਸਮਾਜ ਦਾ ਚਿਹਰਾ ਕਿਹੋ ਜਿਹਾ ਹੋਵੇ ਇਹ ਉਸ ਸਮਾਜ ਦੀਆਂ ਪਦਾਰਥਕ ਹਾਲਤਾਂ ਉੱਤੇ ਨਿਰਭਰ ਕਰਦਾ ਹੈ, ਨਾ ਕਿ ਕਿਸੇ ਸੰਤ ਮਹੰਤ ਦੇ ਪ੍ਰਵਚਨਾਂ ਜਾਂ ਕਿਸੇ ਨਾਇਕ ਖਲਨਾਇਕ ਦੀ ਮਰਜ਼ੀ ਉੱਤੇ। ਪਦਾਰਥਕ ਸੰਸਾਰ ਅੰਦਰ ਅਮਲ ਵਿੱਚ ਜੂਝ ਰਹੇ ਲੋਕ ਹੀ ਦੁਨੀਆ ਬਦਲਣ ਲਈ ਆਪਣੇ ਆਗੂ ਪੈਦਾ ਕਰਕੇ ਇਤਿਹਾਸ ਸਿਰਜਦੇ ਹਨ। ਗੋਦੀ ਮੀਡੀਆ ਦਾ ਬਾਈਕਾਟ ਕਰਨ ਤੋਂ ਬਾਅਦ ਲੋਕਾਂ ਦੀ ਅਗਲੀ ਪ੍ਰਾਪਤੀ ਸੇਵਾ ਨਿਭਾ ਰਹੇ ਫੌਜੀ ਜਵਾਨਾਂ ਦਾ ਲੋਕਾਂ ਨਾਲ ਖੜਨ ਦੀ ਹੀ ਹੋ ਸਕਦੀ ਹੈ, ਜਿਸਦੇ ਦਮ 'ਤੇ ਮੁੱਠੀ ਭਰ ਪੂੰਜੀਪਤੀ ਕਰੋੜਾਂ ਲੋਕਾਂ ਨਾਲ ਆਪਣੇ ਨਿੱਜੀ ਮੁਨਾਫਿਆਂ ਲਈ ਮਨਮਾਨੀਆਂ ਕਰਦੇ ਹਨ। ਆਓ ਹੁਣ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਘੱਟੋ ਘੱਟ ਸ਼ਬਦਾਂ ਦੀ ਚਰਚਾ ਫੌਜੀ ਜਵਾਨਾਂ ਦੇ ਨਾਂ ਕਰੀਏ। ਇਹ ਕਿ ਪੁਰਾਤਨ ਸਮਿਆਂ ਤੋਂ ਜਦ ਕੁਝ ਲੜਾਕੂ ਕਬੀਲੇ ਪੈਦਾ ਹੋਏ ਸਨ ਤਾਂ ਉਹ ਪੈਦਾਵਾਰ ਵਿੱਚ ਜੁੱਟੇ ਬਹੁ ਗਿਣਤੀ ਲੋਕਾਂ ਨੂੰ ਆਪਣੇ ਅਧੀਨ ਕਰਦੇ ਅਤੇ ਉਹਨਾਂ ਦੀ ਕਮਾਈ ਹੜੱਪ ਲੈਂਦੇ। ਫਿਰ ਜਦ ਉਹਨਾਂ ਕੋਲ ਜ਼ਮੀਨ ਜਾਇਦਾਦ ਦਾ ਬੇਹਿਸਾਬ ਵਾਧਾ ਹੋਇਆ ਤਾਂ ਉਹਨਾਂ ਨੂੰ ਇਸ ਦੀ ਸਾਂਭ ਸੰਭਾਲ ਅਤੇ ਰਾਖੀ ਲਈ ਮਨੁੱਖਾਂ ਦੀ ਲੋੜ ਪਈ ਸੀ, ਜੋ ਲਾਲਚ ਵੱਸ ਕਰਕੇ ਉਹਨਾਂ ਨੇ ਆਪਣੇ ਦੁਆਰਾ ਲੁੱਟੇ ਹੋਏ ਲੋਕਾਂ ਵਿੱਚੋਂ ਹੀ ਚੁਣੇ। ਪਰ ਲੋਟੂਆਂ ਦੀ ਸਮੱਸਿਆ ਇੱਥੇ ਹੀ ਖਤਮ ਨਹੀਂ ਹੋਈ, ਸਗੋਂ ਉਹਨਾਂ ਨੂੰ ਖਤਰਾ ਸਤਾਉਣ ਲੱਗਿਆ ਕਿ ਇਹ ਸਾਡੇ ਦੁਆਰਾ ਲੁੱਟੇ ਗਏ ਲੋਕਾਂ ਦੇ ਹੀ ਪੁੱਤਰ ਹੋਣ ਕਾਰਨ ਕਦੇ ਸਾਡੇ ਵਿਰੁੱਧ ਬਗਾਵਤ ਹੀ ਨਾ ਕਰ ਦੇਣ। ਅਜਿਹੀ ਸਥਿਤੀ ਵਿੱਚ ਉਹਨਾਂ ਦੇ ਕੰਮ ਆਉਣ ਵਾਲਾ ਸਿਰਫ ਇੱਕ ਹੀ ਹਥਿਆਰ ਬਚਿਆ ਸੀ, ਸਿੱਖਿਆ। ਹੁਣ ਉਹਨਾਂ ਦੀ ਇਹ ਲੋੜ ਪੁਜਾਰੀ ਵਰਗ ਨੇ ਪੂਰੀ ਕੀਤੀ ਹੈ ਸਾਥੀਓ, ਜੋ ਅੱਜ ਵੀ ਲੁੱਟੇ ਹੋਏ ਲੋਕਾਂ ਨੂੰ ਲੁਟੇਰੇ ਲੋਕਾਂ ਦੇ ਗੁਲਾਮ ਬਣਾਉਣ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾ ਰਿਹਾ ਹੈ। ਅਤੇ ਇੱਕ ਗੱਲ ਪੱਲੇ ਬੰਨਿਓ ਸਾਥੀਓ ਕਿ ਦਲੀਲਬਾਜ਼ੀ ਵਿੱਚ ਬੇਇਨਸਾਫ਼ੀ ਜਦ ਇਨਸਾਫ਼ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਜਾਏ ਤਾਂ ਉਹ ਜਾਂ ਤਾਂ ਗਾਲੀ ਗਲੋਚ ਕਰੂ ਅਤੇ ਜਾਂ ਫਿਰ ਵਿਰੋਧੀ ਧਿਰ ਨੂੰ ਮਾਰਨ ਦੌੜੂ। ਸੋ ਲੋੜ ਪੈਣ ਉੱਤੇ ਇਹਨਾਂ ਲੋਟੂ ਸਰਕਾਰਾਂ ਦੀ ਸੇਵਾ ਵਿੱਚ ਡਟੇ ਫੌਜੀ ਜਵਾਨਾਂ ਨੂੰ ਗੁਲਾਮ ਸਿੱਖਿਆ ਦੀ ਹਿੱਕ ਚੀਰ ਕੇ ਇਸ ਲੋਕ ਸੰਘਰਸ਼ ਵਿੱਚ ਆਪਣੇ ਲੋਕਾਂ ਨਾਲ ਹੀ ਖੜਨਾ ਚਾਹੀਦਾ ਹੈ।
ਵਲਾਦੀਮੀਰ ਇਲੀਚ ਉਲਿਆਨੋਵ ਲੈਨਨ ਦਾ ਜਨਮ 22 ਅਪ੍ਰੈਲ 1870 ਨੂੰ ਵੋਲਗਾ ਦਰਿਆ ਦੇ ਕੰਢੇ ਸਿਮਬਿਰਸਕ ਸ਼ਹਿਰ ਵਿੱਚ ਹੋਇਆ। ਲੈਨਨ ਸਮੇਤ ਇੱਕੋ ਮਾਪਿਆਂ ਦੇ 6 ਬੱਚੇ ਸਨ ਜੋ ਕਿ ਅੱਗੇ ਚੱਲ ਕੇ ਸਾਰੇ ਦੇ ਸਾਰੇ ਹੀ ਇਨਕਲਾਬੀ ਬਣੇ। ਇਹਨਾਂ ਵਿੱਚੋਂ ਹਸਮੁੱਖ ਲੈਨਨ ਨੱਚਣ ਟੱਪਣ ਖੇਡਣ ਅਤੇ ਲੰਮੀਆਂ ਸ਼ਹਿਰਾਂ ਉੱਤੇ ਜਾਣ ਦਾ ਸ਼ੌਕੀਨ ਸੀ। ਉਹ ਪੜ੍ਹਾਈ ਵਿੱਚ ਵੀ ਚੰਗਾ ਸੀ। ਉਸਨੇ ਪੁਸ਼ਕਿਨ, ਗੋਗੋਲ, ਨੇਕਰਾਸੋਵ, ਤੁਰਗਨੇਵ, ਬੋਲਿੰਸਕੀ, ਹਰਜਨ, ਚੇਰਨਵਿਸਕੀ ਅਤੇ ਟਾਲਸਟਾਏ ਵਰਗੇ ਅਨੇਕਾਂ ਮਹਾਨ ਲੇਖਕਾਂ ਦੀਆਂ ਰਚਨਾਵਾਂ ਦਾ ਅਧਿਐਨ ਕੀਤਾ। ਇਹਨਾਂ ਲੇਖਕਾਂ ਦੀਆਂ ਕਿਰਤਾਂ ਵਿੱਚ ਅੱਤਿਆਚਾਰੀ ਜਾਰਸ਼ਾਹੀ ਹਕੂਮਤ, ਜ਼ਾਲਮ ਭੂਮੀਪਤੀ, ਪੂੰਜੀਪਤੀ ਅਤੇ ਗਰੀਬ ਤਬਕਿਆਂ ਦੀ ਜਹਾਲਤ ਭਰੀ ਜ਼ਿੰਦਗੀ ਦਾ ਵਰਣਨ ਮਿਲਦਾ ਸੀ। ਤੇਜ਼ ਪੂੰਜੀਵਾਦੀ ਵਿਕਾਸ ਦੀਆਂ ਲੀਹਾਂ 'ਤੇ ਪਏ ਰੂਸੀ ਸਮਾਜ ਨੂੰ ਸਮਝ ਰਹੇ ਨੌਜਵਾਨ ਲੈਨਨ ਦੇ ਮਨ ਵਿੱਚ ਲੁੱਟ ਖਸੁੱਟ ਕਰਨ ਵਾਲਿਆਂ ਪ੍ਰਤੀ ਨਫ਼ਰਤ ਅਤੇ ਦੱਬੇ ਲਤਾੜੇ ਜਾਂਦੇ ਮਿਹਨਤਕਸ਼ਾਂ ਪ੍ਰਤੀ ਅਥਾਹ ਪਿਆਰ ਸਤਿਕਾਰ ਪੈਦਾ ਹੋਇਆ। ਲੈਨਨ ਆਪਣੇ ਵੱਡੇ ਭਰਾ ਤੋਂ ਬਹੁਤ ਪ੍ਰਭਾਵਿਤ ਸੀ। ਸੈਂਟ ਯੂਨੀਵਰਸਿਟੀ 'ਚ ਪੜ੍ਹਦੇ ਉਸਦੇ ਵੱਡੇ ਭਰਾ ਨੇ ਵਿਗਿਆਨੀ ਬਣਨ ਦੀ ਥਾਂ ਇਨਕਲਾਬ ਦਾ ਰਾਹ ਚੁਣਿਆ। ਜਾਰਸ਼ਾਹੀ ਇੱਕ ਪੁਰਖਾ ਰਾਜ ਨੂੰ ਢਹਿ ਢੇਰੀ ਕਰਨ ਵਾਲੇ ਇਨਕਲਾਬੀ ਸੰਗਰਾਮ ਦੌਰਾਨ ਵੱਡੇ ਭਰਾ ਨੂੰ ਅਲੈਕਸਾਂਡਰ 3 ਨੂੰ ਕਤਲ ਕਰਨ ਦੀ ਕੋਸ਼ਿਸ਼ 'ਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਫਾਹੇ ਲਾ ਦਿੱਤਾ ਗਿਆ। ਸਾਲ ਪਹਿਲਾਂ ਪਿਤਾ ਦੇ ਚਲਾਣੇ ਤੋਂ ਬਾਅਦ ਸੂਰਮੇ ਦੀ ਮੌਤ ਮਰੇ ਉਸਦੇ ਵੱਡੇ ਭਰਾ ਦਾ ਇਹ ਸਦਮਾ ਪਰਿਵਾਰ ਲਈ ਹੋਰ ਵੀ ਜ਼ਿਆਦਾ ਅਸਹਿ ਹੋ ਗਿਆ। ਨੌਜਵਾਨ ਲੈਨਨ ਆਪਣੇ ਭਰਾ ਅਤੇ ਉਸਦੇ ਸਾਥੀਆਂ ਦੀ ਦਲੇਰੀ ਅਤੇ ਕੁਰਬਾਨੀ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਦੀ ਜਾਰਸ਼ਾਹੀ ਰਾਜ ਵਿਰੁੱਧ ਵਿਅਕਤੀਗਤ ਕਤਲਾਂ ਦੇ ਰਾਹ ਨੂੰ ਰੱਦ ਕਰਦਿਆਂ ਲੋਕ ਮੁਕਤੀ ਦਾ ਨਵਾਂ ਮਾਰਗ ਖੋਜਣ 'ਚ ਰੁੱਝ ਗਿਆ। ਸਕੂਲ ਵਿੱਚੋਂ ਗੋਲਡ ਮੈਡਲ ਲੈ ਕੇ ਉਹ ਕਜ਼ਾਨ ਯੂਨੀਵਰਸਿਟੀ ਦੇ ਆਪਣਾ ਕਾਨੂੰਨੀ ਵਿਭਾਗ ਵਿੱਚ ਦਾਖਲ ਹੋ ਗਿਆ, ਜਿੱਥੇ ਉਸਨੇ ਇਨਕਲਾਬੀ ਸੋਚ ਵਾਲੇ ਵਿਦਿਆਰਥੀਆਂ ਨਾਲ ਸੰਪਰਕ ਬਣਾ ਕੇ ਗੁਪਤ ਇਕੱਤਰਤਾਵਾਂ ਸ਼ੁਰੂ ਕਰ ਦਿੱਤੀਆਂ। 17 ਸਾਲਾਂ ਦਾ ਗੱਭਰੂ ਲੈਨਨ ਜ਼ਾਲਮ ਜਾਰਸ਼ਾਹੀ ਖਿਲਾਫ ਇਨਕਲਾਬੀ ਘੋਲ ਦੇ ਰਾਹ ਪੈ ਚੁੱਕਾ ਸੀ। ਉਸਨੂੰ ਪਿੰਡ ਵਿੱਚ ਨਜ਼ਰਬੰਦ ਕਰਕੇ ਪੁਲਿਸ ਨਿਗਰਾਨੀ ਹੇਠ ਰੱਖਿਆ ਗਿਆ, ਜਿੱਥੇ ਉਸਨੇ ਢੇਰ ਸਾਰਾ ਸਾਹਿਤ ਪੜ੍ਹਿਆ। ਉਸਨੂੰ ਰਾਜਸੀ ਤੌਰ 'ਤੇ ਗੈਰ ਭਰੋਸੇਯੋਗ ਵਿਅਕਤੀ ਦੀ ਸੂਚੀ ਵਿੱਚ ਰੱਖਿਆ ਗਿਆ। ਕਜ਼ਾਨ ਦੀਆਂ ਕਈ ਗੈਰ ਕਾਨੂੰਨੀ ਇਨਕਲਾਬੀ ਮੰਡਲੀਆਂ ਵਿੱਚੋਂ ਲੈਨਨ ਇੱਕ ਅਧਿਐਨ ਮੰਡਲੀ ਦਾ ਮੈਂਬਰ ਬਣ ਗਿਆ, ਜਿੱਥੇ ਉਸਨੇ ਮਾਰਕਸਵਾਦ ਦਾ ਗੰਭੀਰ ਅਧਿਐਨ ਸ਼ੁਰੂ ਕਰ ਦਿੱਤਾ ਅਤੇ ਜਾਣਿਆ ਕਿ ਅਮੀਰ ਲੋਕ ਕਿਰਤੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਲੁੱਟਣ ਕਰਕੇ ਹੀ ਅਮੀਰ ਹਨ। ਕਿਰਤੀ ਜਮਾਤ ਬੇਹੱਦ ਪੀੜਿਤ, ਅਤਿਅੰਤ ਸੰਗਠਿਤ ਅਤੇ ਅਤਿਅੰਤ ਇਨਕਲਾਬੀ ਜਮਾਤ ਹੈ। ਇਸ ਜਮਾਤ ਨੂੰ ਹਰ ਤਰ੍ਹਾਂ ਦੀ ਲੋਟੂ ਤਾਕਤਾਂ ਖਿਲਾਫ਼ ਇਨਕਲਾਬੀ ਸੰਗਰਾਮ ਕਰਦਿਆਂ ਪੂੰਜੀਵਾਦੀ ਰਾਜ ਸੱਤਾ ਨੂੰ ਉਲਟਾ ਕੇ ਕਿਰਤੀ ਜਮਾਤ ਦੀ ਤਾਨਾਸ਼ਾਹੀ ਦੀ ਕੈਮੀ ਕਰਦਿਆਂ ਸਮਾਜਵਾਦੀ ਇਨਕਲਾਬ ਕਰਨਾ ਹੋਵੇਗਾ। ਇਸ ਇਤਿਹਾਸਿਕ ਕਾਰਜ ਲਈ ਕਿਰਤੀ ਜਮਾਤ ਦੀ ਇਨਕਲਾਬੀ ਪਾਰਟੀ ਹੋਣੀ ਜ਼ਰੂਰੀ ਹੈ, ਜੋ ਵਿਗਿਆਨਕ ਸਿਧਾਂਤ ਦੀ ਅਗਵਾਈ ਹੇਠ ਮਜ਼ਦੂਰ ਜਮਾਤ ਨੂੰ ਇਨਕਲਾਬ ਤੱਕ ਲੈ ਕੇ ਜਾਵੇਗੀ। ਨੌਜਵਾਨ ਲੈਨਨ ਨੇ ਰੂਸੀ ਮਜ਼ਦੂਰਾਂ ਦੀ ਬਦਹਾਲੀ ਦਾ ਹੱਲ ਮਾਰਕਸਵਾਦ ਵਿੱਚ ਤੱਕਿਆ। ਉਸਨੇ ਮਾਰਕਸ ਦੀ ਮਹਾਨ ਰਚਨਾ ਸਰਮਾਇਆ ਦਾ ਨਿੱਠ ਕੇ ਅਧਿਐਨ ਕੀਤਾ, ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ ਦਾ ਰੂਸੀ 'ਚ ਅਨੁਵਾਦ ਕੀਤਾ, ਨੌਜਵਾਨਾਂ 'ਚ ਮਾਰਕਸਵਾਦੀ ਸਿੱਖਿਆ ਦਾ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰੂਸੀ ਇਨਕਲਾਬੀ ਮਾਰਕਸਵਾਦੀ ਪਾਰਟੀ ਦਾ ਰੂਪ ਮੰਨੇ ਜਾਂਦੇ ਘੋਲ ਦੀ ਲੀਗ ਗਰੁੱਪ ਦੀ ਅਗਵਾਈ ਹੇਠ ਪੀਟਰਸਬਰਗ ਦੀਆਂ ਕੱਪੜਾ ਮਿੱਲਾਂ ਦੇ 30,000 ਮਜ਼ਦੂਰਾਂ ਦੀ ਸਫਲ ਹੜਤਾਲ ਹੋਈ, ਜਿਸਦਾ ਰਾਜਸੀ ਪ੍ਰਭਾਵ ਪੂਰੇ ਰੂਸ ਦੇ ਕਾਰਖਾਨਾ ਮਜ਼ਦੂਰਾਂ ਨੇ ਕਬੂਲਿਆ। ਘੋਲ ਦੀ ਲੀਗ ਉੱਪਰ ਸਖ਼ਤ ਨਿਗ੍ਹਾ ਰੱਖੀ ਜਾਣ ਲੱਗੀ। ਲੈਨਨ ਸਮੇਤ ਇਸਦੇ ਅਨੇਕਾਂ ਆਗੂਆਂ ਨੂੰ ਜੇਲ੍ਹ ਵਿੱਚ ਛੁੱਟਿਆ ਗਿਆ। ਲੈਨਨ ਨੇ ਜੇਲ੍ਹ ਨੂੰ ਅਧਿਐਨ ਕੇਂਦਰ ਬਣਾ ਲਿਆ। ਉੱਥੇ ਹੀ ਉਸਨੇ ਬਾਕਮਾਲ ਢੰਗ ਨਾਲ ਮਾਰਕਸਵਾਦੀ ਪਾਰਟੀ ਦੇ ਪ੍ਰੋਗਰਾਮ ਦਾ ਖਰੜਾ ਤਿਆਰ ਕੀਤਾ। ਲੈਨਨ ਨੇ ਕਿਤਾਬਾਂ ਅਤੇ ਰਸਾਲਿਆਂ ਦੀਆਂ ਸਤਰਾਂ ਦੇ ਵਿਚਕਾਰ ਦੁੱਧ ਨਾਲ ਇਹ ਦਸਤਾਵੇਜ਼ ਲਿਖੇ। ਇਹ ਲਿਖਾਈ ਕਾਗਜ਼ ਨੂੰ ਗਰਮ ਕਰਨ 'ਤੇ ਉਗੜਦੀ ਸੀ। ਲੈਨਨ ਲਿਖਣ ਲਈ ਦੁੱਧ ਨੂੰ ਡਬਲ ਰੋਟੀ 'ਚ ਪਾ ਕੇ ਉਸ ਦੀਆਂ ਦਵਾਤਾਂ ਬਣਾਉਂਦਾ ਅਤੇ ਜੇਲਰ ਆਉਣ 'ਤੇ ਉਹਨਾਂ ਨੂੰ ਛੇਤੀ ਨਾਲ ਨਿਕਲ ਲੈਂਦਾ। ਜੇਲ੍ਹ ਦੌਰਾਨ ਹੀ ਸੈਂਕੜੇ ਪੁਸਤਕਾਂ ਰਸਾਲਿਆਂ ਦਾ ਅਧਿਐਨ ਕਰਦਿਆਂ ਲੈਨਨ ਨੇ ਆਪਣੀ
ਮੁੱਖ ਕਿਰਤ ਰੂਸ ਵਿੱਚ ਪੂੰਜੀਵਾਦ ਦਾ ਵਿਕਾਸ ਲਿਖਣੀ ਸ਼ੁਰੂ ਕੀਤੀ। ਇਨਕਲਾਬੀ ਸਰਗਰਮੀਆਂ ਕਾਰਨ 1897 ਵਿੱਚ ਲੈਨਨ ਨੂੰ ਪੂਰਬੀ ਸਾਈਬੇਰੀਆ ਵਿੱਚ 3 ਸਾਲ ਦੀ ਜਲਾਵਤਨੀ ਦੀ ਸਜ਼ਾ ਸੁਣਾਈ ਗਈ। ਇਸ ਦੌਰਾਨ ਉਸਨੇ ਪਿੰਡਾਂ ਦੇ ਜੀਵਨ ਅਤੇ ਕਿਸਾਨੀ ਦੀ ਹਾਲਤ ਦਾ ਡੂੰਘਾ ਅਧਿਐਨ ਕੀਤਾ। ਘੋਲ ਦੀ ਲੀਗ ਦੇ ਮੁਕੱਦਮੇ ਤਹਿਤ ਲੈਨਨ ਦੀ ਮੰਗੇਤਰ ਨੂੰ ਵੀ ਲੈਨਨ ਦੇ ਨਾਲ ਸਜ਼ਾ ਬਿਤਾਉਣ ਦੀ ਆਗਿਆ ਦਿੱਤੀ ਗਈ। ਇੱਥੇ ਹੀ ਉਹਨਾਂ ਵਿਆਹ ਕਰਵਾਇਆ। ਜਲਾਵਤਨੀ ਦੌਰਾਨ ਲੈਨਨ ਨੇ 30 ਤੋਂ ਵੱਧ ਪੁਸਤਕਾਂ ਅਤੇ ਪੈਂਫਲੈਟ ਲਿਖੇ, ਜਿਨ੍ਹਾਂ ਵਿੱਚ ਉਸਨੇ ਦਹਿਸ਼ਤਗਰਦੀ, ਮੌਕਾ ਪ੍ਰਸਤੀ ਅਤੇ ਆਰਥਿਕਤਾਵਾਦੀ ਵਰਗੇ ਅਨੇਕਾਂ ਗਲਤ ਰੁਝਾਨਾਂ ਖਿਲਾਫ਼ ਨਿਰਣਾਇਕ ਲੜਾਈ ਦਿੱਤੀ। ਜਲਾਵਤਨੀ ਦੌਰਾਨ ਲੈਨਨ ਨੇ ਨਵੀਂ ਕਿਸਮ ਦੀ ਮਾਰਕਸਵਾਦੀ ਪਾਰਟੀ ਬਣਾਉਣ ਦੀ ਯੋਜਨਾ ਵਿੱਚ ਦਿਨ ਰਾਤ ਅਣਥੱਕ ਮਿਹਨਤ ਕੀਤੀ। ਉਸਨੇ ਇੱਕ ਅਜਿਹਾ ਰਾਜਸੀ ਅਖਬਾਰ ਕੱਢਣ ਦੀ ਯੋਜਨਾ ਬਣਾਈ ਜੋ ਇੱਕ ਨਿਗਰ ਪ੍ਰਚਾਰਕ, ਦਲੇਰ ਅੰਦੋਲਨਕਰਤਾ ਅਤੇ ਸੁਗੜ ਸੰਗਠਨਕਰਤਾ ਦਾ ਕੰਮ ਕਰੇ। ਸਾਲ ਭਰ ਤਬਦੀਲੀ ਪਸੰਦ ਨੌਜਵਾਨਾਂ, ਪੱਤਰਕਾਰਾਂ ਅਤੇ ਮਜ਼ਦੂਰਾਂ ਨਾਲ ਸੰਪਰਕ ਕਾਇਮ ਕੀਤੇ। ਪਾਰਟੀ ਪ੍ਰੋਗਰਾਮ ਕਿਸਾਨਾਂ ਨੂੰ ਸਮਝਾਉਣ ਲਈ ਲੈਨਨ ਨੇ ਪਿੰਡਾਂ ਦੇ ਗਰੀਬਾਂ ਨੂੰ ਨਾਂ ਦਾ ਪੈਂਫਲੈਟ ਲਿਖਿਆ ਅਤੇ ਸੌਖਿਆ ਵਿਆਖਿਆ ਕੀਤੀ ਕਿ ਅਸੀਂ ਸਮਾਜ ਦੀ ਨਵੀਂ ਅਤੇ ਚੰਗੇਰੀ ਵਿਵਸਥਾ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਸ ਨਵੇਂ ਅਤੇ ਚੰਗੇਰੇ ਸਮਾਜ ਵਿੱਚ ਨਾ ਕੋਈ ਅਮੀਰ ਰਹਿਣਾ ਚਾਹੀਦਾ ਹੈ, ਨਾ ਕੋਈ ਗਰੀਬ। ਸਾਰਿਆਂ ਨੂੰ ਕੰਮ ਕਰਨਾ ਪਵੇਗਾ। ਮੁੱਠੀ ਭਰ ਧਨਵਾਨ ਲੋਕਾਂ ਨੂੰ ਹੀ ਨਹੀਂ, ਸਗੋਂ ਸਭਨਾ ਕਿਰਤੀ ਲੋਕਾਂ ਨੂੰ ਆਪਣੀ ਸਾਂਝੀ ਕਿਰਤ ਦੇ ਫਲਾਂ ਦਾ ਆਨੰਦ ਮਾਣਨਾ ਚਾਹੀਦਾ ਹੈ। ਮਸ਼ੀਨਾਂ ਅਤੇ ਦੂਜੇ ਸੁਧਾਰਾਂ ਨੂੰ ਸਭਨਾ ਦੇ ਕੰਮਾਂ ਨੂੰ ਸੌਖਿਆ ਬਣਾਉਣਾ ਚਾਹੀਦਾ ਹੈ ਅਤੇ ਲੱਖਾਂ ਕਰੋੜਾਂ ਲੋਕਾਂ ਦੀ ਕੀਮਤ ਉੱਤੇ ਕੁਝ ਇੱਕ ਨੂੰ ਅਮੀਰ ਬਣਨ ਦੇ ਸਮਰੱਥ ਨਹੀਂ ਹੋਣ ਦੇਣਾ ਚਾਹੀਦਾ। ਇਸ ਨਵੇਂ ਅਤੇ ਚੰਗੇਰੇ ਸਮਾਜ ਦਾ ਨਾਂ ਹੈ ਸਮਾਜਵਾਦੀ ਸਮਾਜ। ਇਸ ਸਮਾਜ ਸੰਬੰਧੀ ਸਿੱਖਿਆ ਨੂੰ ਸਮਾਜਵਾਦ ਕਹਿੰਦੇ ਹਨ। ਫਰਵਰੀ 1917 ਵਿੱਚ ਇਨਕਲਾਬ ਦੀ ਲਹਿਰ ਉੱਠ ਖੜੀ ਹੋਈ। ਮਜ਼ਦੂਰ ਰਾਜਨੀਤਿਕ ਹੜਤਾਲਾਂ ਵਿੱਚ ਇੱਕ ਪੁਰਖਾਸ਼ਾਹੀ ਮੁਰਦਾਬਾਦ, ਜੰਗ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਰੋਟੀ, ਸ਼ਾਂਤੀ ਅਤੇ ਆਜ਼ਾਦੀ ਦੀਆਂ ਮੰਗਾਂ ਲੈ ਕੇ ਸੜਕਾਂ ਉੱਤੇ ਨਿਕਲ ਤੁਰੇ। ਪਾਰਟੀ ਨੇ ਮੈਨੀਫੈਸਟੋ ਜਾਰੀ ਕੀਤਾ ਜਿਸ ਵਿੱਚ ਯਾਰਸ਼ਾਹੀ, ਇੱਕ ਪੁਰਖਾ ਰਾਜ ਦਾ ਤਖ਼ਤਾ ਉਲਟਾਉਣ, ਆਰਜ਼ੀ ਇਨਕਲਾਬੀ ਸਰਕਾਰ ਕਾਇਮ ਕਰਨ, 8 ਘੰਟਿਆਂ ਦੀ ਕੰਮ ਦਿਹਾੜੀ ਲਾਗੂ ਕਰਨ, ਭੂਮੀਗਤ ਜਗੀਰਾਂ ਜ਼ਬਤ ਕਰਨ ਅਤੇ ਜੰਗ ਬੰਦ ਕਰਨ ਦਾ ਸੱਦਾ ਦਿੱਤਾ। ਮਜ਼ਦੂਰ ਕਿਸਾਨ ਇੱਕ ਸੱਚੀ ਇਨਕਲਾਬੀ ਪਾਰਟੀ ਦੀ ਅਗਵਾਈ ਵਿੱਚ ਅੱਗੇ ਵਧਣ ਲੱਗੇ। ਯਾਰਸ਼ਾਹੀ ਦਾ ਤਖ਼ਤਾ ਪਲਟ ਦਿੱਤਾ ਗਿਆ। ਬੁਰਜੂਆ ਜਮਹੂਰੀ ਇਨਕਲਾਬ ਜੇਤੂ ਹੋ ਨਿਬੜਿਆ। ਬਿਨਾਂ ਆਰਾਮ ਕੀਤਿਆਂ ਉਹ ਸਮਾਜਵਾਦੀ ਇਨਕਲਾਬ ਦੇ ਨਿਸ਼ਾਨੇ ਵੱਲ ਹੋ ਤੁਰੇ। ਅਕਤੂਬਰ ਇਨਕਲਾਬ ਦੇ ਮਹਾਨ ਨੇਤਾ ਲੈਨਨ ਵਿਰੁੱਧ ਪ੍ਰਚਾਰ ਅਤੇ ਉਸਨੂੰ ਮਾਰਨ ਦੀਆਂ ਬਿਉਂਤਾਂ ਬਣਾਈਆਂ ਜਾਣ ਲੱਗੀਆਂ। ਲੈਨਨ ਇੱਕ ਝੁੱਗੀ ਵਿੱਚ ਰਹਿਣ ਲੱਗੇ। ਨੇੜੇ ਝਾੜੀਆਂ ਵਿੱਚ ਉਸਨੇ ਇੱਕ ਹਰਿਆਵਲ ਅਧਿਐਨ ਕਮਰਾ ਬਣਾਇਆ ਜਿੱਥੇ ਉਸਨੇ ਰਾਜ ਅਤੇ ਇਨਕਲਾਬ ਨਾਂ ਦੀ ਇੱਕ ਅਹਿਮ ਪੁਸਤਕ ਲਿਖੀ। ਇਸ ਵਿੱਚ ਉਸਨੇ ਸਿਖਾਇਆ ਕਿ ਹਰ ਬੁਰਜੂਆ ਰਾਜ ਦੇਖਣ ਨੂੰ ਭਾਵੇਂ ਕਿੰਨਾ ਹੀ ਜਮਹੂਰੀ ਹੋਵੇ, ਲਾਜ਼ਮੀ ਹੀ ਬੁਰਜੂਆਜੀ ਦੀ ਤਾਨਾਸ਼ਾਹੀ ਦਾ ਇੱਕ ਰੂਪ ਹੁੰਦਾ ਹੈ। ਬੁਰਜੂਆਜੀ ਦੀ ਰਾਜ ਸੱਤਾ ਦਾ ਤਖ਼ਤਾ ਉਲਟਾ ਕੇ ਪਰੋਲੇਧਾਰੀ ਨੇ ਆਪਣੀ ਤਾਨਾਸ਼ਾਹੀ ਕਾਇਮ ਕਰਨੀ ਹੈ। ਰਾਜ ਦੀ ਪੁਰਾਣੀ ਮਸ਼ੀਨਰੀ ਨੂੰ ਤੋੜਨਾ, ਫੀਤਾ ਫੀਤਾ ਕਰਨਾ ਅਤੇ ਉਸਦੀ ਥਾਂ ਇੱਕ ਨਵੀਂ ਮਸ਼ੀਨਰੀ ਸਥਾਪਿਤ ਕਰਨਾ ਜ਼ਰੂਰੀ ਹੈ। ਅਜਿਹਾ ਰਾਜ ਸੱਚਮੁੱਚ ਹੀ ਜਮਹੂਰੀ ਰਾਜ ਹੁੰਦਾ ਹੈ, ਇਹ ਕਿਉਂਕਿ ਇਹ ਲੋਕਾਂ ਦੇ ਜਨ ਸਮੂਹ ਦੇ ਹਿੱਤਾਂ ਨੂੰ ਪ੍ਰਗਟ ਕਰਦਾ ਹੈ। ਇਸੇ ਸੇਧ ਹੇਠ ਹਥਿਆਰਬੰਦ ਬਗਾਵਤ ਦਾ ਸੱਦਾ ਦੇ ਕੇ ਕੇਂਦਰੀ ਕਮੇਟੀ ਦੀ ਅਗਵਾਈ ਹੇਠ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ। ਇਸ ਬਗਾਵਤ ਦਾ ਅਸਲ ਪਥ ਪ੍ਰਦਰਸ਼ਕ ਅਤੇ ਸੰਗਠਨਕਰਤਾ ਲੈਨਨ ਸੀ। ਮੁਸੀਬਤਾਂ ਭਰੇ ਸੰਘਰਸ਼ਮਈ ਦੌਰ 'ਚੋਂ ਗੁਜ਼ਰ ਕੇ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਅਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਨੇ ਜਿੱਤ ਪ੍ਰਾਪਤ ਕਰਕੇ ਸੰਸਾਰ ਪੱਧਰ 'ਤੇ ਇੱਕ ਮਜ਼ਬੂਤ ਤਾਕਤ ਹੋਣ ਦਾ ਪੁਖਤਾ ਸਬੂਤ ਪੇਸ਼ ਕੀਤਾ। ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਕਿਰਤੀ ਜਮਾਤ ਦੀ ਤਾਨਾਸ਼ਾਹੀ ਹੇਠ ਰਾਜ ਸਥਾਪਿਤ ਹੋਇਆ। ਲੈਨਨ ਸੰਸਾਰ ਕਮਿਊਨਿਸਟ ਲਹਿਰ ਅੰਦਰ ਸੰਸਾਰ ਦੇ ਪਹਿਲੇ ਸਮਾਜਵਾਦੀ ਸਮਾਜ ਦਾ ਬਾਨੀ ਬਣਿਆ।
ਉਹ ਸੰਸਾਰ ਕਮਿਊਨਿਸਟ ਲਹਿਰ ਅੰਦਰ ਮਹਾਨ ਸਿਧਾਂਤਕਾਰ ਕਮਿਊਨਿਸਟ ਪਾਰਟੀ ਦਾ ਸੁਗੜ ਆਗੂ ਅਤੇ ਇਨਕਲਾਬੀ ਪੈਂਤੜੇਬਾਜ਼ ਬਣ ਉੱਭਰਿਆ। ਲੋਕਾਂ ਨੂੰ ਆਜ਼ਾਦੀ ਜ਼ਮੀਨ ਅਤੇ ਸ਼ਾਂਤੀ ਪ੍ਰਦਾਨ ਕੀਤੀ ਗਈ। ਬੁਨਿਆਦੀ ਆਰਥਿਕ ਰਾਜਨੀਤਿਕ ਸੁਧਾਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ। ਹਰ ਖੇਤਰ ਵਿੱਚ ਉਚੇਰੇ ਵਿਕਾਸ ਦੇ ਮੀਲ ਪੱਥਰ ਕੱਢੇ ਗਏ। ਸੋਵੀਅਤ ਗਣਰਾਜ ਅਤੇ ਉਸਦਾ ਵਿਲੱਖਣ ਸੰਵਿਧਾਨ ਤਿਆਰ ਹੋਇਆ। ਸਾਮਰਾਜੀ ਸ਼ਹਿ ਪ੍ਰਾਪਤ ਉਲਟ ਇਨਕਲਾਬੀਆਂ ਵਿੱਚੋਂ 30 ਅਗਸਤ 1918 ਨੂੰ ਕਾਪਲਾਨ ਨਾਂ ਦੀ ਇੱਕ ਸੋਸ਼ਲਿਸਟ ਇਨਕਲਾਬੀ ਨੇ ਜ਼ਹਿਰ ਦੀ ਪੁੱਠ ਚੜੀਆਂ ਗੋਲੀਆਂ ਲੈਨਨ ਉੱਪਰ ਦਾਗੀਆਂ। ਲੰਮੇ ਸਮੇਂ ਦੇ ਇਲਾਜ ਬਾਅਦ ਲੈਨਨ ਨੇ ਇਹਨਾਂ ਜ਼ਖਮਾਂ ਉੱਤੇ ਫਤਿਹ ਹਾਸਲ ਕਰ ਲਈ ਅਤੇ ਇੱਕ ਵਾਰ ਫਿਰ ਪੂਰੀ ਸਰਗਰਮੀ ਨਾਲ ਉਹ ਪੂੰਜੀਵਾਦੀ ਵਿਰੋਧ ਘੋਲ ਵਿੱਚ ਕੁੱਦ ਪਏ। ਆਪਣੀ ਸਖ਼ਤ ਮਿਹਨਤ, ਇਮਾਨਦਾਰੀ, ਨਿਮਰ ਅਤੇ ਸਾਦਾ ਮਿਲਣਸਾਰ ਸ਼ਖਸੀਅਤ ਕਾਰਨ ਲੈਨਨ ਕਿਰਤੀ ਜਮਾਤ ਦੇ ਹਰਮਨ ਪਿਆਰੇ ਸਾਥੀ ਰਹੇ। ਸਮਾਜਵਾਦ ਦੀ ਸਥਾਪਤੀ ਲਈ ਉਹ ਔਰਤਾਂ ਦੀ ਹਿੱਸੇਦਾਰੀ ਨੂੰ ਅਹਿਮ ਮੰਨਦੇ ਸਨ। ਲੈਨਨ ਨੌਜਵਾਨਾਂ ਦੇ ਪੱਕੇ ਮਿੱਤਰ ਸਨ। ਉਹ ਰੂਸ ਦੇ ਲੋਕਾਂ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਅਥਾਹ ਪਿਆਰ ਕਰਦੇ ਸਨ। ਸੰਸਾਰ ਪੱਧਰ 'ਤੇ ਲੈਨਨ ਦਾ ਨਾਂ ਸਤਿਕਾਰ ਨਾਲ ਜਾਣਿਆ ਜਾਣ ਲੱਗਾ। ਲੋਕ ਆਪਣੇ ਬੱਚਿਆਂ ਦਾ ਨਾਂ ਲੈਨਨ ਰੱਖਦੇ। ਬਿਜਲੀਕਰਨ ਦੀ ਵਿਸ਼ਾਲ ਯੋਜਨਾ ਤਹਿਤ ਪਿੰਡਾਂ ਦੇ ਲੋਕਾਂ ਦਾ ਘਰ ਚਾਨਣ ਲਿਆਂਦਾ ਗਿਆ। ਘਰਾਂ ਵਿੱਚ ਜਗਦੀਆਂ ਬੱਤੀਆਂ ਨੂੰ ਲੋਕ ਇਲੀਚ ਦੀਆਂ ਬੱਤੀਆਂ ਆਖਦੇ। ਆਪਣੇ ਪਿਆਰੇ ਲੋਕਾਂ ਦੀ ਖੁਸ਼ਹਾਲੀ ਲਈ ਅਣਥੱਕ ਮਿਹਨਤਾਂ ਕਰਨ ਵਾਲੇ ਲੈਨਨ ਭਾਰੀ ਉਤਸ਼ਾਹ ਨਾਲ ਹਰ ਮੁਸ਼ਕਲ 'ਤੇ ਜਿੱਤ ਹਾਸਲ ਕਰਕੇ ਅੱਗੇ ਵੱਧਦੇ ਰਹੇ। ਉਹਨਾਂ ਢੇਰ ਸਾਰੀਆਂ ਲੋਕ ਪੱਖੀ ਯੋਜਨਾਵਾਂ ਉਲੀਕੀਆਂ ਅਤੇ ਉਸਨੂੰ ਪੂਰ ਚਾੜਿਆ। ਦਿਨ ਰਾਤ ਆਪਣੇ ਰਾਜਕੀ ਫਰਜ਼ ਨਿਭਾਉਣ ਵਿੱਚ ਰੁੱਝੇ ਲੈਨਨ ਦੀ ਸਿਹਤ ਬੇਹੱਦ ਖਰਾਬ ਹੋਣ ਲੱਗੀ। ਡਾਕਟਰ ਦੀ ਸਲਾਹ ਦੇ ਉਲਟ ਬਹੁਤ ਘੱਟ ਆਰਾਮ ਕਰਨ ਬਾਅਦ ਲੈਨਨ ਫਿਰ ਕੰਮ ਉੱਤੇ ਪਰਤ ਆਉਂਦੇ। ਉਹ ਰੂਸ ਲਈ ਨਵੀਂ ਆਰਥਿਕ ਨੀਤੀ ਘੜਦੇ, ਭਾਸ਼ਣ ਕਰਦੇ ਅਤੇ ਲੇਖ ਲਿਖਦੇ। ਉਹਨਾਂ ਨੂੰ ਸੋਵੀਅਤ ਯੂਨੀਅਨ ਅਤੇ ਲੋਕ ਕੌਮੀਸਾਰਾਂ ਦੀ ਕੌਂਸਲ ਦਾ ਚੇਅਰਮੈਨ ਚੁਣਿਆ ਗਿਆ। ਆਪਣੀ ਵਾਰ ਵਾਰ ਵਿਗੜਦੀ ਸਿਹਤ ਦੇ ਬਾਵਜੂਦ ਉਹਨਾਂ ਨੇ ਥੋੜ੍ਹੇ ਹੀ ਚੰਗੇ ਪਰ ਹੋਣ ਚੰਗੇ ਵਰਗੇ ਅਨੇਕਾਂ ਪ੍ਰਸਿੱਧ ਲੇਖਾਂ ਦੀ ਰਚਨਾ ਕੀਤੀ। January 21, 1924 ਦੀ ਸ਼ਾਮ ਨੂੰ 6:50 'ਤੇ ਲੈਨਨ ਦਿਮਾਗ ਦੀ ਰੱਤ ਨਾੜੀ ਫਟ ਜਾਣ ਕਾਰਨ ਚਲਾਣਾ ਕਰ ਗਏ। ਕੇਂਦਰੀ ਕਮੇਟੀ ਨੇ ਲੋਕਾਂ ਦੇ ਨਾਂ ਅਪੀਲ ਜਾਰੀ ਕੀਤੀ। ਉਹ ਆਦਮੀ ਚੱਲ ਵਸਿਆ ਹੈ ਜਿਸ ਦੀ ਜੁਝਾਰੂ ਅਗਵਾਈ ਹੇਠ ਸਾਡੀ ਪਾਰਟੀ ਨੇ ਲੜਾਈ ਦੇ ਧੂੰਏ ਵਿੱਚ ਘਿਰੀ ਹੋਈ ਨੇ ਮਜ਼ਬੂਤ ਹੱਥਾਂ ਨਾਲ ਦੇਸ਼ ਭਰ ਵਿੱਚ ਅਕਤੂਬਰ ਦਾ ਝੰਡਾ ਝੁਲਾਇਆ, ਦੁਸ਼ਮਣਾਂ ਦੇ ਵਿਰੋਧ ਨੂੰ ਕੁਚਲਿਆ ਅਤੇ ਸਾਬਕਾ ਰਾਜਾਰਸ਼ਾਹੀ ਰੂਸ ਵਿੱਚ ਕਿਰਤੀ ਲੋਕਾਂ ਦੀ ਸਰਦਾਰੀ ਨੂੰ ਪੱਕੀ ਤਰ੍ਹਾਂ ਸਥਾਪਿਤ ਕੀਤਾ। ਕਮਿਊਨਿਸਟ ਇੰਟਰਨੈਸ਼ਨਲ ਦਾ ਬਾਨੀ, ਸੰਸਾਰ ਕਮਿਊਨਿਜ਼ਮ ਦਾ ਆਗੂ, ਕੌਮਾਂਤਰੀ ਪਰੋਲੇਧਾਰੀ ਦਾ ਪਿਆਰ ਅਤੇ ਗੌਰਵ, ਪੀੜਿਤ ਪੂਰਵ ਦਾ ਝੰਡਾ ਬਰਦਾਰ, ਰੂਸ ਵਿੱਚ ਕਾਮਿਆਂ ਦੀ ਡਿਕਟੇਟਰਸ਼ਿਪ ਦਾ ਮੁਖੀ ਪੂਰਾ ਹੋ ਗਿਆ ਹੈ। ਲੈਨਨ ਦੇ ਚਲੇ ਜਾਣ ਨਾਲ ਦੁਨੀਆ ਨੇ ਇੱਕ ਐਸੀ ਸ਼ਖਸੀਅਤ ਗੁਆ ਲਈ ਹੈ ਜਿਹੜੀ ਆਪਣੇ ਯੁੱਗ ਦੀਆਂ ਸਾਰੀਆਂ ਮਹਾਨ ਹਸਤੀਆਂ ਨਾਲੋਂ ਵਧੇਰੇ ਸਿਰਕੱਢਵੀਂ ਪ੍ਰਤਿਭਾ ਦਾ ਸਾਕਾਰ ਰੂਪ ਸੀ। ਸੰਸਾਰ ਕਮਿਊਨਿਸਟ ਲਹਿਰ ਨੂੰ ਇਨਕਲਾਬ ਦੇ ਮਹਾਨ ਵਿਗਿਆਨੀ, ਸਿਧਾਂਤ ਘਾੜੇ ਅਤੇ ਲੋਕ ਕੋਲਾਂ ਦੇ ਸਿਆਸੀ ਆਗੂ ਦੇ ਚਲੇ ਜਾਣ ਦਾ ਜਿੱਥੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਰੜਕਦਾ ਰਹੇਗਾ, ਉੱਥੇ ਲੈਨਨਵਾਦ ਦੀਆਂ ਦੇਣਾਂ ਹਮੇਸ਼ਾ ਕੌਮਾਂਤਰੀ ਕਿਰਤੀ ਲਹਿਰ ਦਾ ਰਾਹ ਰੋਸ਼ਨਾਉਂਦੀਆਂ ਰਹਿਣਗੀਆਂ। ਮਾਰਕਸਵਾਦੀ ਲੈਨਨਵਾਦੀ ਸਿੱਖਿਆ ਅੱਜ ਵੀ ਸੰਸਾਰ ਕਿਰਤੀ ਲਹਿਰ ਲਈ ਮੁਕਤੀ ਦਾ ਵਿਗਿਆਨਕ ਹਥਿਆਰ ਹੈ। ਭਾਰਤ ਸਮੇਤ ਸੰਸਾਰ ਦੀ ਦੱਬੀ ਲਤਾੜੀ ਜਾ ਰਹੀ ਕਿਰਤੀ ਜਮਾਤ ਨੂੰ ਇਨਕਲਾਬ ਦੇ ਮਹਾਨ ਅਧਿਆਪਕਾਂ ਦੀਆਂ ਮਹਾਨ ਸਿੱਖਿਆਵਾਂ ਅਤੇ ਅਮਲੀ ਤਜਰਬਿਆਂ ਦੀ ਰੌਸ਼ਨੀ ਹੇਠ ਆਪਣੇ ਮੁਲਕ ਵਿੱਚ ਬਦਲਦੀਆਂ ਨਵੀਆਂ ਹਾਲਤਾਂ ਦਾ ਸਹੀ ਮੁਲਾਂਕਣ ਕਰਦਿਆਂ ਬਰਾਬਰਤਾ ਦਾ ਸਮਾਜ ਸਿਰਜਣ ਦੀ ਦਿਸ਼ਾ ਵੱਲ ਅੱਗੇ ਵਧਣਾ ਚਾਹੀਦਾ ਹੈ।